ਪੰਜਾਬ ਦੀਆਂ ਸੜਕਾਂ ਦੇ ਉੱਤੇ ਹੁਣ ਸੜਕ ਸੁਰੱਖਿਆ ਫੋਰਸ ਪੁਲਿਸ ਦੀਆਂ ਗੱਡੀਆਂ ਜਿਹੜੀਆਂ ਨੇ ਉਹ ਤੈਨਾਤ ਨੇ ਔਰ ਇਹ ਗੱਡੀਆਂ ਕਿਸ ਤਰੀਕੇ ਦੇ ਨਾਲ ਕਿਤੇ ਹਾਦਸਾ ਹੁੰਦਾ ਘਟਨਾ ਵਾਪਰਦੀ ਹੈ ਜਾਂ ਓਵਰ ਸਪੀਡਿੰਗ ਹੁੰਦੀ ਹੈ ਕਿਵੇਂ ਇਸ ਤੇ ਸ਼ਿਕਾਇਤ ਕੀਤੀ ਜਾ ਸਕਦੀ ਹੈ ਕਿਵੇਂ ਪਹੁੰਚ ਕੀਤੀ ਜਾ ਸਕਦੀ ਹੈ ਉਹ ਸਮਝਾਉਣ ਦੀ ਇਸ ਰਿਪੋਰਟ ਦੇ ਵਿੱਚ ਕੋਸ਼ਿਸ਼ ਕਰਾਂਗੇ 112 ਨੰਬਰ ਡਾਇਲ ਕਰੋ 15 ਤੋਂ 20 ਮਿੰਟ ਦੇ ਵਿੱਚ ਸੜਕ ਸੁਰੱਖਿਆ ਫੋਰਸ ਦੀ ਗੱਡੀ ਜਿਹੜੀ ਹੈ ਉਹ ਤੁਹਾਡੇ ਤੱਕ ਪਹੁੰਚ ਜਾਏਗੀ ਮੋਹਾਲੀ ਦੇ ਵਿੱਚ ਇੱਕ ਕੰਟਰੋਲ ਰੂਮ ਬਣਾਇਆ ਗਿਆ ਹੈ ਉਹ ਕੰਟਰੋਲ ਰੂਮ ਦੀਆਂ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਔਰ ਕਿਵੇਂ ਤੁਹਾਡੇ ਤੱਕ ਇਹ ਗੱਡੀ ਪਹੁੰਚੇਗੀ ਔਰ 112 ਨੰਬਰ ਡਾਇਲ ਕਰਨ ਤੇ ਇਹ ਵੀ ਦਿਖਾਵਾਂਗੇ ਔਰ ਇਹ ਕੰਟਰੋਲ ਰੂਮ ਕਿਸ ਤਰੀਕੇ ਦੇ ਨਾਲ ਕੰਮ ਕਰਦਾ ਹੈ ਕਾਲਿੰਗ ਸੈਂਟਰ ਵੀ ਇਸ ਨੂੰ ਕਿਹਾ ਜਾਂਦਾ ਹੈ ਔਰ ਇਹ ਬਕਾਇਦਾ ਤੌਰ ਦੇ ਉੱਤੇ GPS ਦੇ ਜ਼ਰੀਏ ਲੋਕੇਸ਼ਨ ਵੀ ਦੱਸੇਗਾ GPS ਦੇ ਜ਼ਰੀਏ ਤੁਸੀਂ ਕਿਸ ਜਗ੍ਹਾ ਤੋਂ ਫੋਨ ਕਰ ਰਹੇ ਹੋ ਔਰ ਕਿਸ ਜਗ੍ਹਾ ਦੇ ਉੱਤੇ ਕੋਈ ਸਨੈਚਿੰਗ ਹੋਈ ਹੈ ਚੋਰੀ ਹੋਈ ਹੈ ਜਾਂ ਫਿਰ ਗੱਡੀ ਦਾ ਐਕਸੀਡੈਂਟ ਹੋਇਆ ਤੁਰੰਤ ਸੜਕ ਸੁਰੱਖਿਆ ਫੋਰਸ ਦੀਆਂ ਗੱਡੀਆਂ ਜਿਹੜੀਆਂ ਨੇ ਉਹ ਪਹੁੰਚ ਜਾਣਗੀਆਂ ਇਹ ਇਸ ਦੇ ਲਈ ਮੋਹਾਲੀ ਦੇ ਵਿੱਚ ਇਹ ਬਕਾਇਦਾ ਤੌਰ ਤੇ ਕੰਟਰੋਲ ਰੂਮ ਬਣਾਇਆ ਗਿਆ ਔਰ ਇਹ ਦੇਖੋ ਪਿੱਛੇ ਵੱਡੀਆਂ 4 LED ਸਕਰੀਨ ਲੱਗੀਆਂ ਨੇ ਪੰਜਾਬ ਦੇ ਕਿਸੇ ਵੀ ਕੋਨੇ ਦੇ ਉੱਤੇ ਕੋਈ ਹਾਦਸਾ ਹੁੰਦਾ ਕਿਸੇ ਵੀ ਤਰੀਕੇ ਦੀ ਕੋਈ ਜੁਰਮ ਨੂੰ ਅੰਜਾਮ ਦਿੱਤਾ ਜਾਂਦਾ ਹੈ ਤਾਂ ਫਿਰ ਨੈਵੀਗੇਸ਼ਨ ਦੇ ਜ਼ਰੀਏ ਇਸ ਕੰਟਰੋਲ ਰੂਮ ਦੇ ਤਹਿਤ 112 ਨੰਬਰ ਜਦੋਂ ਤੁਸੀਂ ਡਾਇਲ ਕਰੋਗੇ ਫੋਨ ਇੱਥੇ ਵੱਜੇਗਾ ਔਰ ਇੱਥੋਂ ਦੀ ਉਸ ਗੱਡੀ ਨੂੰ ਭੇਜਿਆ ਜਾਏਗਾ ਕਿ ਤੁਹਾਡੇ ਇੰਨੇ ਕਿਲੋਮੀਟਰ ਦੇ ਦਾਇਰੇ ਦੇ ਵਿੱਚ ਇਹ ਘਟਨਾ ਵਾਪਰੀ ਹੈ ਜਾਂ ਕਿਤੇ ਕੋਈ ਕ੍ਰਾਈਮ ਹੋਇਆ ਸਨੈਚਿੰਗ ਹੋਈ ਹੈ ਇਹ ਦੇਖੋ ਕਿ ਤੁਹਾਨੂੰ ਮੋਹਾਲੀ ਦਾ ਸੈਕਟਰ 47 ਨਜ਼ਰ ਆ ਰਿਹਾ ਇਸੇ ਤਰੀਕੇ ਨਾਲ ਨੋਵੋਟੈਲ ਚੰਡੀਗੜ੍ਹ ਟ੍ਰਿਬਿਊਨ ਚੌਂਕ ਦੇ ਬਿਲਕੁਲ ਨੇੜੇ ਜਿਹੜਾ ਮੋਹਾਲੀ ਦਾ ਏਰੀਆ ਵੱਸਦਾ ਉਹ ਨਜ਼ਰ ਆ ਰਿਹਾ ਇਸੇ ਤਰੀਕੇ ਦੇ ਨਾਲ ਤੁਹਾਨੂੰ ਜਲੰਧਰ ਲੁਧਿਆਣਾ ਪਟਿਆਲਾ ਜਾਂ ਕਿਸੇ ਵੀ ਪਿੰਡ ਦੇ ਵਿੱਚ ਕੋਈ ਘਟਨਾ ਵਾਪਰਦੀ ਹੈ ਤਾਂ ਗੱਡੀ ਜਲਦ ਤੋਂ ਜਲਦ ਪਹੁੰਚੇ ਇਸ ਦੇ ਲਈ ਬਕਾਇਦਾ ਤੌਰ ਤੇ ਨੈਵੀਗੇਸ਼ਨ ਦਾ ਸਹਾਰਾ ਜਿਹੜਾ ਉਹ ਲਿੱਤਾ ਜਾਏਗਾ ਔਰ ਇੱਥੇ ਜਿਹੜੀ ਟੀਮ ਲੱਗੀ ਹੋਈ ਹੈ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿਉਂਕਿ 112 ਨੰਬਰ ਤਾਂ ਪਹਿਲਾਂ ਵੀ ਜਿਹੜਾ ਵਾ ਡਾਇਲ ਕੀਤਾ ਜਾਂਦਾ ਸੀ ਸ਼ਿਕਾਇਤ ਕੀਤੀ ਜਾਂਦੀ ਸੀਗੀ ਲੇਕਿਨ ਇਸ ਦੇ ਵਿੱਚ ਖਾਸ ਕੀ ਹੈ ਇਹ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ ਔਰ ਜਾਣਕਾਰੀ ਇਹ ਮਿਲੀ ਹੈ ਕਿ ਰੋਜ਼ਾਨਾ ਇਸ ਕੰਟਰੋਲ ਰੂਮ ਦੇ ਵਿੱਚ 10 ਤੋਂ 12 ਹਜ਼ਾਰ ਕੋਲ ਜਿਹੜੀਆਂ ਨੇ ਉਹ ਆਉਂਦੀਆਂ ਨੇ ਔਰ ਤੁਰੰਤ ਪੁਲਿਸ ਜਿਹੜੀ ਉੱਥੇ ਭੇਜੀ ਜਾਂਦੀ ਹੈ ਲੇਕਿਨ ਹੁਣ ਕੀ ਤਸਵੀਰ ਬਦਲੇਗੀ ਔਰ ਕਿਸ ਤਰੀਕੇ ਦੇ ਨਾਲ ਗੱਡੀ ਸੜਕ ਸੁਰੱਖਿਆ ਫੋਰਸ ਦੀ ਕੰਮ ਕਰੇਗੀ ਗੱਲਬਾਤ ਕਰ ਲੈਂਦੇ ਹਾਂ ਸਰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਵੈਲਕਮ ਜੀ ਕਿਉਂਕਿ 112 ਨੰਬਰ ਤਾਂ ਪਹਿਲਾਂ ਤੋਂ ਹੀ ਸ਼ਿਕਾਇਤ ਰਜਿਸਟਰ ਹੁੰਦੀ ਸੀਗੀ ਲੇਕਿਨ ਹੁਣ ਜਿਹੜਾ ਇਹ ਕੰਟਰੋਲ ਰੂਮ ਬਣਿਆ ਹੋਇਆ ਇੱਥੇ ਕਿਸ ਤਰੀਕੇ ਦੇ ਨਾਲ ਕਿਉਂਕਿ 30 ਕਿਲੋਮੀਟਰ ਦੇ ਦਾਇਰੇ ਦੇ ਵਿੱਚ ਜਾਣਕਾਰੀ ਮਿਲੀ ਕਿ ਸੜਕ ਸੁਰੱਖਿਆ ਫੋਰਸ ਦੀ ਗੱਡੀ ਖੜੀ ਹੋਏਗੀ ਤਾਂ ਕੋਈ ਨੰਬਰ ਡਾਇਲ ਕਰੇਗਾ ਪਹਿਲਾਂ ਤੁਹਾਡੇ ਕੋਲ ਆਏਗੀ ਬਿਲਕੁਲ ਜੀ ਇਹ ਜਿਹੜਾ ਸਾਡਾ ਕੰਟਰੋਲ ਰੂਮ ਹੈ ਡਾਇਲ 112 ਐਮਰਜੈਂਸੀ ਸਪੋਰਟਸ ਸਿਸਟਮ ਇਹ 2019 ਪਹਿਲਾਂ ਹੀ ਇੱਥੇ ਅਸੀਂ ਕੰਮ ਕਰ ਰਹੇ ਹਾਂ ਇਹ ਡਾਇਲ 112 ਕਿਸੇ ਵੀ ਐਮਰਜੈਂਸੀ ਦੌਰਾਨ 112 'ਤੇ ਕਾਲ ਕਰਕੇ ਆਪਣੇ ਕਾਲਰ ਨੂੰ ਜਿਹੜੀ ਹੈ ਸਹਾਇਤਾ ਪ੍ਰੋਵਾਈਡ ਕਰਾਈ ਜਾਂਦੀ ਹੈ ਹੁਣ ਮਾਨਯੋਗ ਸ਼੍ਰੀ ਭਗਵੰਤ ਮਾਨ ਜੀ CM ਸਾਹਿਬ ਵੱਲੋਂ ਇੱਕ ਨਵੀਂ ਸੜਕ ਸੁਰੱਖਿਆ ਫੋਰਸ ਦੀਆਂ ਗੱਡੀਆਂ ਰੂਟ 'ਤੇ ਤਾਰੀਆਂ ਗਈਆਂ ਨੇ ਉਹਨਾਂ ਗੱਡੀਆਂ ਨੂੰ ਵੀ ਸਾਡੇ ਦੇ ਵਿੱਚ ਮਰਜ ਕੀਤਾ ਜਾ ਰਿਹਾ ਹੈ ਉਹ ਗੱਡੀਆਂ ਰੋਡ 'ਤੇ ਆ ਗਈਆਂ ਨੇ ਉਹਨਾਂ ਨੂੰ ਟਰੈਕ ਕਰਨ ਦੇ ਲਈ ਜੋ ਵੀ ਕਾਲ ਸਾਡੇ ਕੋਲ ਆਏਗੀ ਉਹ ਕਾਲ ਸਾਡੇ ਕੋਲ ਆਉਣ ਤੋਂ ਬਾਅਦ ਉਸ ਸਾਡੇ ਰਿਕਾਰਡ ਰਿਸੀਵ ਕਰਨ ਤੋਂ ਬਾਅਦ ਕਾਲ ਰਿਕਾਰਡ ਕੀਤੀ ਜਾਏਗੀ ਰਿਕਾਰਡ ਕਰਨ ਤੋਂ ਬਾਅਦ ਉਸ ਜ਼ਿਲ੍ਹੇ ਦੇ ਵਿੱਚ ਡਿਸਪੈਚ ਕਰ ਦਿੱਤੀ ਜਾਏਗੀ ਉਸ ਜ਼ਿਲ੍ਹੇ ਦੇ ਵਿੱਚ ਅੱਗੇ ਗੱਡੀਆਂ ਆਪਣੇ ਏਰੀਏ ਦੇ ਵਿੱਚ 30-30 ਕਿਲੋਮੀਟਰ ਦੇ ਏਰੀਏ ਦੇ ਵਿੱਚ ਹਰੇਕ ਗੱਡੀ ਮਿਲੇਗੀ ਗੱਡੀ ਲਗਾਈ ਗਈ ਹੈ ਉਸ ਨੀਅਰ ਪੁਆਇੰਟ 'ਤੇ ਜੋ ਜੀ ਉਸ ਜਿੱਥੋਂ ਕਾਲ ਆਈ ਹੈ ਉਹ ਕਾਲ ਪਿੱਕ ਕਰਨ ਤੋਂ ਬਾਅਦ ਜਿਹੜੀ ਹੈਗੀ ਗੱਡੀ ਉਹ ਨੀਅਰਸਟ ਪੁਆਇੰਟ 'ਤੇ ਉੱਥੇ ਪਹੁੰਚ ਜਾਏਗੀ ਉਹ ਜੋ ਵੀ ਉਹਨੀ ਫਸਟ ਏਡ ਉਸਨੂੰ ਪ੍ਰੋਵਾਈਡ ਕਰਾਉਣ ਤੋਂ ਬਾਅਦ ਉਹ ਗੱਡੀ ਹੈ ਜਿਹੜੀ ਆਪਣੇ ਵਾਪਸ ਬੀਟ ਪੁਆਇੰਟ 'ਤੇ ਆ ਜਾਏਗੀ
ਇੱਥੇ ਕੁਝ ਫੋਨ ਵੀ ਆਏ ਹੋਏ ਆ, ਉਹਨਾਂ ਨਾਲ ਵੀ ਗੱਲਬਾਤ ਕਰ ਲੈਂਦੇ ਆ ਕਿੱਥੋਂ ਕਿਸ ਜਗ੍ਹਾ ਦੇ ਉੱਤੋਂ ਫੋਨ ਆਇਆ, ਕੀ ਕੁਝ ਗੱਲਬਾਤ ਜਿਹੜੀ ਹੈ ਉਹ ਹੋ ਰਹੀ ਹੈ, ਕਿਸ ਜਗ੍ਹਾ ਤੋਂ ਫੋਨ ਤੁਹਾਨੂੰ ਹੁਣੇ ਆਇਆ ਸੀ? ਅੰਮ੍ਰਿਤਸਰ ਤੋਂ ਸਰ। ਕੀ ਸ਼ਿਕਾਇਤ ਕਰ ਰਹੇ ਸੀ ਸਰ? ਉਹਨਾਂ ਨੇ ਕਿਹਾ ਸੀ ਕਿ ਉਹਨਾਂ ਦਾ ਬੇਟਾ ਘਰ ਵਿੱਚ ਉਹ ਕਰ ਰਿਹਾ, ਮਤਲਬ ਕੀ ਕਹਿੰਦੇ ਜੀ, ਮਤਲਬ ਉਹ ਕਰ ਰਿਹਾ ਲੜਾਈ ਝਗੜਾ ਕਰ ਰਿਹਾ, ਸੁਸਾਈਡ ਕਰਨ ਦੀਆਂ ਦੇ ਰਿਹਾ ਧਮਕੀਆਂ, ਇਹ ਕੰਪਲੇਂਟ ਸੀ। ਹਾਂਜੀ, ਤੇ ਹੁਣ ਤੁਸੀਂ ਪੁਲਿਸ ਜਿਹੜੀ ਹੈ ਉੱਥੇ ਉੱਥੋਂ ਦੀ ਲੋਕਲ ਪੁਲਿਸ ਜਿਹੜੀ ਭੇਜ ਦਿੱਤੀ? ਹਾਂਜੀ ਸਰ। ਇੱਥੇ ਨੈਵੀਗੇਸ਼ਨ ਦਾ ਵੀ ਜਿਹੜਾ ਪੁਲਿਸ ਨੂੰ ਦੱਸਿਆ ਜਾਂਦਾ ਕਿ ਇਸ ਏਰੀਏ 'ਚ ਜਾਂ ਇਸ ਏਰੀਏ ਦੇ ਵਿੱਚ ਜਲਦ ਤੋਂ ਜਲਦ ਪਹੁੰਚੋ, ਕੀ ਕਿਵੇਂ ਇਹ ਡਿਟੈਕਟ ਕੀਤਾ ਜਾਂਦਾ? ਬਿਲਕੁਲ, ਇਹਨਾਂ ਦੇ ਵਿੱਚ GPS ਸਿਸਟਮ ਲੱਗੇ ਨੇ, ਇਹ ਲੋਕੇਸ਼ਨ ਨੂੰ ਮਾਰਕ ਕਰ ਦਿੰਦੇ ਨੇ, ਤੇ ਜਿਹੜੇ ਸਾਡੀਆਂ ਅੱਗੇ ਗੱਡੀਆਂ ਨੇ ਫੀਲਡ ਦੇ ਵਿੱਚ ਲੱਗੀਆਂ ERB, ਉਹਨਾਂ ਦੇ MDT ਤੇ GPS ਸਿਸਟਮ ਦੇ ਰਾਹੀਂ ਲੋਕੇਸ਼ਨ ਨੂੰ ਟਰੈਕ ਕੀਤਾ ਜਾਂਦਾ, ਉਹ ਟਰੈਕ ਤੇ ਇੰਸੀਡੈਂਟ ਪਲੇਸ ਤੇ ਪਹੁੰਚਿਆ ਜਾਂਦਾ। ਪਹੁੰਚਣ ਤੋਂ ਬਾਅਦ ਜੋ ਵੀ ਉਸਦੀ ਰਿਕੁਆਇਰਮੈਂਟ ਮੁਤਾਬਕ ਜੋ ਵੀ ਉਹਨੂੰ ਹੈਲਪ ਹੈਗੀ, ਐਂਬੂਲੈਂਸ ਦੀ ਹੈਲਪ ਹੈਗੀ, ਐਂਬੂਲੈਂਸ ਜਾਂ ਕੋਈ ਹੋਰ ਹੈਲਪ ਹੈ, ਉਹਨੂੰ ਪਹੁੰਚਾਈ ਜਾਂਦੀ ਹੈ। ਰੋਜ਼ਾਨਾ ਕਿੰਨੀਆਂ ਕੁ ਸ਼ਿਕਾਇਤਾਂ ਜਿਹੜੀਆਂ ਨੇ ਉਹ ਅਮੂਮਨ ਆ ਜਾਂਦੀਆਂ, ਔਰ ਜ਼ਿਆਦਾ ਸ਼ਿਕਾਇਤਾਂ ਕਿਸ ਮਸਲੇ 'ਤੇ ਆਉਂਦੀਆਂ? ਮੈਕਸੀਮਮ ਰੋਜ਼ਾਨਾ 10 ਤੋਂ 12 ਹਜ਼ਾਰ ਕਾਲ ਲੈਂਡ ਕਰਦੀ ਹੈ। 10 ਤੋਂ 12 ਹਜ਼ਾਰ ਫੋਨ ਆ ਜਾਂਦੇ ਰੋਜ਼? ਬਿਲਕੁਲ, ਜਿਹਦੇ ਵਿੱਚੋਂ 5 ਤੋਂ 6 ਹਜ਼ਾਰ ਕਾਲ ਜੈਨੂਅਨ ਹੁੰਦੀ ਹੈ, ਜ਼ਿਆਦਾਤਰ ਡੋਮੈਸਟਿਕ ਵਾਇਲੈਂਸ ਜਾਂ ਸਨੈਚਿੰਗ ਵਗੈਰਾ ਦੀ ਕਾਲਸ ਜ਼ਿਆਦਾਤਰ, ਤੇ ਰੋਡ ਸਾਈਡ ਐਕਸੀਡੈਂਟ ਦੀਆਂ ਜ਼ਿਆਦਾ ਕਾਲਸ ਆਉਂਦੀਆਂ ਨੇ। ਹੁਣ ਜਿਹੜੀਆਂ ਨਵੀਂ ਸੜਕ ਸੁਰੱਖਿਆ ਫੋਰਸ ਦੀਆਂ ਗੱਡੀਆਂ ਨੇ, ਇਹ ਤੁਹਾਡੇ ਨਾਲ ਸਿੱਧਾ ਕਨੈਕਟ ਕੀਤੀਆਂ ਗਈਆਂ, ਤੁਸੀਂ ਉਹਨਾਂ ਨੂੰ ਲੋਕੇਸ਼ਨ ਭੇਜ ਦਿਓ ਕਿ ਅੱਗੇ 5 ਕਿਲੋਮੀਟਰ ਜਾਂ 15 ਕਿਲੋਮੀਟਰ ਪਿੱਛੇ ਜਾਣਾ, ਜਾਂ ਕਿਸ ਤਰੀਕੇ ਨਾਲ ਵੀ ਇਨਫੋਰਮੇਸ਼ਨ ਭੇਜੀ ਜਾਂਦੀ ਹੈ? ਬਿਲਕੁਲ ਜੀ, ਬਿਲਕੁਲ, ਜਿੱਥੋਂ ਕਾਲ ਆਏਗੀ GPS ਸਿਸਟਮ ਦੇ ਨਾਲ, ਕਾਲਰ ਜੀ ਲੋਕੇਸ਼ਨ ਦੱਸਣ ਦੇ ਮੁਤਾਬਕ, ਅਤੇ ਸਾਡਾ ਜਿਹੜਾ ਕਾਲ ਰਿਕਾਰਡ ਮੈਨੇਜਰ ਹੈ CRM, ਉਹ ਲੋਕੇਸ਼ਨ ਨੂੰ ਟਿਕ ਕਰ ਦਿੰਦਾ, ਉਹ ਲੋਕੇਸ਼ਨ ਸਿਲੈਕਟ ਕਰਨ ਤੋਂ ਬਾਅਦ GPS ਸਿਸਟਮ ਦੇ ਰਾਹੀਂ ਜਿਹੜਾ ਸਾਡਾ ਗੱਡੀਆਂ ਦੇ ਵਿੱਚ MDT ਲੱਗੇ ਨੇ, MDT ਦੇ ਰਾਹੀਂ ਮੈਪ ਦੇ ਜ਼ਰੀਏ GPS ਸਿਸਟਮ ਟਰੈਕ ਕਰਨ ਤੋਂ ਬਾਅਦ ਗੱਡੀ ਉਸ ਡੈਜੀਗਨੇਸ਼ਨ 'ਤੇ ਪਹੁੰਚ ਜਾਂਦੀ। ਤਾਂ ਇਹ ਪੂਰੀ ਪੁਲਿਸ ਦੀ ਟੀਮ ਜਿਹੜੀ ਹੈ ਇੱਥੇ ਕੰਮ ਕਰ ਰਹੀ ਹੈ 24 ਘੰਟੇ, 7 ਦਿਨ ਹੁੰਦਾ ਜਾਂ ਕੋਈ ਛੁੱਟੀ ਹੁੰਦੀ ਹੈ ਜਾਂ ਕੁਛ ਹੁੰਦਾ? ਨਹੀਂ ਜੀ, ਕੋਈ ਛੁੱਟੀ ਨਹੀਂ, ਇਹ ਰਾਊਂਡ ਦੀ ਕਲੋਕ 24 ਆਵਰਸ ਇਹ ਵਰਕਿੰਗ ਦੇ ਵਿੱਚ ਹੈਗਾ। ਇਹ ਸਾਡੇ ਕੋਲ ਚਾਰ ਸ਼ਿਫਟਾਂ ਦੇ ਵਿੱਚ ਕੰਮ ਕਰ ਰਹੇ ਹਾਂ ਅਸੀਂ, ਅਤੇ 200 ਦੇ ਕਰੀਬ ਸਾਡੇ ਕੋਲ ਮੁਲਾਜ਼ਮ ਨੇ ਜਿਹੜੇ ਬਿਨਾਂ ਕੋਈ ਛੁੱਟੀ ਕਰੇ 24 ਘੰਟੇ ਡਿਊਟੀ ਕਰਦੇ ਨੇ, ਅਤੇ 4 ਸ਼ਿਫਟਾਂ ਦੇ ਵਿੱਚ ਇਹਨਾਂ ਦੀ ਵਰਕਿੰਗ ਹੈ, 8 ਤੋਂ 2, 2 ਤੋਂ 8, ਅਤੇ ਨਾਈਟ 12 ਤੋਂ 8 ਸ਼ਿਫਟਿੰਗ ਦੇ ਵਿੱਚ। ਠੀਕ ਹੈ, ਹਾਂਜੀ। ਜੀ ਮੈਮ ਦੱਸੋ। ਹਾਂਜੀ ਹਾਂਜੀ ਮੈਡਮ ਦੱਸੋ, ਕੀ ਐਮਰਜੈਂਸੀ ਹੈਲਪ ਚਾਹੀਦੀ? ਹਾਂਜੀ 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 ਕੀ ਨਾਮ ਹੈ ਜੀ ਤੁਹਾਡਾ? ਵਾਈਫ ਆਫ ਜੀ, ਐਡਰੈਸ ਦੱਸਿਓ ਜੀ। ਮੈਂ ਅਸੀਂ ਕੰਟਰੋਲ ਰੂਮ 112 ਤੋਂ ਗੱਲ ਕਰ ਰਹੇ ਮੋਹਾਲੀ ਤੋਂ, ਤੁਹਾਡੀ ਕੰਪਲੇਂਟ ਕੀ? ਦੱਸੋ। ਮੇਰੀ ਵਾਸ ਨੇ ਬਹੁਤ ਤੰਗ ਕਰ ਰੱਖਿਆ ਜੀ, ਮੈਂ ਤਾਂ ਆਪਣੀ ਜਵਾਨ ਨੂੰ ਲੈ ਕੇ, ਨਾ ਕੁੜੀ ਨੂੰ ਲੈ ਕੇ ਨਾ ਚੱਲੀਆਂ ਸਾਲ ਮਾਰਨ ਵਾਸਤੇ। ਮੈਮ ਤੁਹਾਡਾ ਨਾਂ ਕੀ ਹੈ ਜੀ? ਅਸੀਂ ਮੁਲਾਜ਼ਮ ਭੇਜ ਦੇ ਜੀ ਉੱਥੇ, ਤੁਸੀਂ ਆਪਣਾ ਨਾਂ ਦੱਸੋ ਜੀ, ਐਡਰੈਸ ਕਿੱਥੋਂ ਗੱਲ ਕਰ ਰਹੇ? ਤਾਰੋ ਰਾਣੀ ਜੀ। ਤਾਰੋ ਰਾਣੀ, ਹਾਂਜੀ। ਹਸਬੈਂਡ ਦਾ ਨਾਂ ਕੀ ਹੈ ਤੁਹਾਡਾ? ਸੁਨੀਲ ਕੁਮਾਰ। ਸੁਨੀਲ ਕੁਮਾਰ,
ਕਿਤੇ ਪਿੰਡ ਕਿਹੜਾ ਤੁਹਾਡਾ? ਸੁਭਾਸ਼ ਨਗਰ। ਸੁਭਾਸ਼ ਨਗਰ ਹਾਊਸ ਨੰਬਰ ਕੀ ਹੈ? 132। ਤੇ ਨੀਅਰ ਕੋਈ ਲੈਂਡਮਾਰਕ ਕੀ ਹੈ ਜੀ? ਹਾਂਜੀ, ਕੀ ਨੀਅਰ ਕੋਈ ਲੈਂਡਮਾਰਕ? ਤੇ ਮੈਂ ਸ਼ਹਿਰ ਕਿਹੜਾ ਜੀ ਹੈ? ਸ਼ਤਰਾਣਾ। ਮੈਂ ਡਿਸਟ੍ਰਿਕਟ ਕਿਹੜਾ ਪੈਂਦਾ ਜੀ? ਪੁਲਿਸ ਸਟੇਸ਼ਨ ਸ਼ਤਰਾਣਾ। ਚਲੋ ਮੈਮ, ਮੈਂ ਨੋਟ ਕਰਵਾਉਂਦਾ, ਤੁਹਾਨੂੰ ਲੋਕਲ ਪੁਲਿਸ ਦੇ ਫੋਨ ਆਊਂਗਾ ਜੀ, ਅਟੈਂਡ ਕਰ ਲਿਆ। ਕਿਹੜਾ ਜ਼ਿਲ੍ਹਾ ਪੈਂਦਾ ਮੈਮ ਤੁਹਾਨੂੰ? ਰੋਪੜ ਪੈਂਦਾ ਜੀ। ਜ਼ਿਲ੍ਹਾ ਰੂਪਨਗਰ, ਠੀਕ ਹੈ ਮੈਮ। ਪੁਲਿਸ ਸਟੇਸ਼ਨ ਕਿਹੜਾ ਪੈਂਦਾ ਜੀ? ਮੋਰਿੰਡਾ ਪੈਂਦਾ ਜੀ। ਠੀਕ ਹੈ ਮੈਮ, ਮੋਰਿੰਡਾ। ਕੀ ਨਾਮ ਹੈ ਮੈਮ ਤੁਹਾਡਾ? ਰੁਪਿੰਦਰ ਕੌਰ ਹੈ ਜੀ ਮੇਰਾ ਨਾਮ। ਠੀਕ ਹੈ ਮੈਮ, ਹਸਬੈਂਡ ਦਾ ਨਾਮ ਦੱਸੋ? ਸੁਖਜਿੰਦਰ ਸਿੰਘ ਜੀ। ਸੁਖਜਿੰਦਰ ਸਿੰਘ, ਜੇਠ ਤੰਗ ਕਰਦਾ ਜੀ? ਹਾਂਜੀ, ਮੇਰਾ ਜੇਠ ਤੰਗ ਕਰਦਾ ਜੀ, ਮੈਨੂੰ ਦਾਰੂ ਪੀ ਕੇ ਗਾਲਾਂ ਕੱਢਦਾ ਜੀ। ਓਕੇ, ਠੀਕ ਹੈ ਮੈਮ। ਮੈਮ ਇਹ ਦੱਸੋ ਜੀ, ਤੁਹਾਡਾ ਖਾਸ ਮੋਰਿੰਡਾ ਏਰੀਆ ਜਾਂ ਪਿੰਡ ਪੈਂਦਾ ਜੀ ਮੋਰਿੰਡੇ ਚ? ਮੋਰਿੰਡੇ, ਮੋਰਿੰਡੇ ਦੇ ਲਾਗੇ ਪਿੰਡ ਪੈਂਦਾ ਜੀ ਕਾਈਨੌਰ। ਠੀਕ ਹੈ ਮੈਮ। ਹਾਂਜੀ, ਪਿੰਡ ਕਾਈਨੌਰ ਜੀ। ਹਾਂਜੀ, ਤੁਹਾਡੇ ਘਰ ਦੇ ਨੇੜੇ ਕੀ ਲੈਂਡਮਾਰਕ ਹੈ ਜੀ? ਮਸੀਤ ਪੈਂਦੀ ਹੈ ਸਾਡੇ। ਮਸੀਤ, ਠੀਕ ਹੈ ਮੈਮ। ਜੇਠ ਦਾ ਨਾਮ ਦੱਸ ਦੋ ਜੀ, ਕੀ ਹੈ ਜੀ ਤੁਹਾਡੇ? ਜਗਤਾਰ ਹੈ ਜੀ। ਜਗਤਾਰ ਸਿੰਘ, ਠੀਕ ਹੈ ਮੈਮ, ਭੇਜ ਦਿੰਦੇ ਹਾਂ ਜੀ ਪੁਲਿਸ ਥੋੜੀ ਦੇਰ ਚ। ਠੀਕ ਹੈ ਜੀ, ਓਕੇ ਮੈਮ। ਕੀ ਸ਼ਿਕਾਇਤ ਆਈ ਸੀ? ਕਿੱਥੋਂ ਬੋਲ ਰਹੇ ਸੀ? ਤੁਸੀਂ ਹੁਣ ਪੁਲਿਸ ਲੋਕਲ ਭੇਜੋਗੇ? ਹਾਂਜੀ ਸਰ, ਇਹਨਾਂ ਨੂੰ ਲੋਕਲ ਥਾਣਾ ਲੱਗਦਾ ਜੀ, ਸਦਰ ਮੋਰਿੰਡਾ, ਪਿੰਡ ਕਾਈਨੌਰ ਹੈ, ਜ਼ਿਲ੍ਹਾ ਰੂਪਨਗਰ। ਇਹ ਮੈਡਮ ਦੇ ਜਿਹੜੇ ਜੇਠ ਨੇ ਉਹ ਇਹਨਾਂ ਨੂੰ ਬਹੁਤ ਤੰਗ ਪਰੇਸ਼ਾਨ ਕਰਦੇ ਆ, ਗਾਲੀ ਗਲੋਚ ਕਰਦੇ ਆ। ਆਪਾਂ ਇਹਨਾਂ ਦੀ ਡੋਮੈਸਟਿਕ ਵਾਇਲੈਂਸ ਦੇ ਵਿੱਚ ਅਬਿਊਜ਼ ਦੇ ਵਿੱਚ ਪਾ ਕੇ ਕੰਪਲੇਂਟ ਭੇਜਾਂਗੇ। ਤੇ ਸ਼ਿਕਾਇਤਾਂ ਡੋਮੈਸਟਿਕ ਵਾਇਲੈਂਸ ਦੀਆਂ ਤੁਹਾਡੇ ਕੋਲ ਆਉਂਦੀਆਂ ਸਰ? 40-50% ਡੋਮੈਸਟਿਕ ਵਾਇਲੈਂਸ ਦੀਆਂ ਆਉਂਦੀਆਂ ਸਾਨੂੰ ਕੰਪਲੇਂਟਸ। ਉਸ ਤੋਂ ਬਾਅਦ ਡੋਰ ਐਕਸੀਡੈਂਟ ਔਰ ਸਨੈਚਿੰਗ, ਇਹਨਾਂ ਦੀਆਂ ਜ਼ਿਆਦਾ ਆਉਂਦੀਆਂ। ਜੇ ਤੁਸੀਂ ਲੋਕਲ ਪੁਲਿਸ ਨੂੰ ਕਹਿ ਦਿੰਦੇ, ਉਹ ਦੇਖਦੇ ਨੇ ਕਿ FIR ਕਰਨੀ ਹੈ ਨਹੀਂ ਕਰਨੀ, ਕੀ ਕਰਨਾ? ਹਾਂਜੀ ਸਰ, ਇਨਵੈਸਟੀਗੇਸ਼ਨ ਕਰਦੇ ਆ ਜਾ ਕੇ, ਮੌਕੇ ਤੇ ਪਾਰਟੀ ਜਾਂਦੀ ਹੈ ਜੀ। ਉਹ ਸਾਰੀ ਇਨਕੁਆਇਰੀ ਕਰਨ ਤੋਂ ਬਾਅਦ ਡਿਸਾਈਡ ਕਰਦੇ ਕਿ ਅੱਗੇ ਕੀ ਕਾਰਵਾਈ ਕਰਨੀ ਹੈ। ਕਿੱਥੇ ਤੁਹਾਨੂੰ ਘਰੋਂ ਬਾਹਰ ਕੱਢ ਰਹੇ ਆ ਜੀ? ਕੌਣ ਹੈ, ਕੌਣ ਹੈ ਜੀ? ਇਹ ਤੁਹਾਡੇ ਹਸਬੈਂਡ ਨੇ? ਕੌਣ ਨੇ? ਕੀ ਨਾਮ ਹੈ ਮੈਡਮ ਤੁਹਾਡਾ? ਕੀ ਨਾਮ ਹੈ ਜੀ ਤੁਹਾਡਾ? ਕਿੱਥੋਂ ਗੱਲ ਕਰ ਰਹੇ ਹੋ ਜੀ ਤੁਸੀਂ? ਪਿੰਡ ਮਾਣਕਪੁਰ ਹੈ ਜੀ? ਪਿੰਡ ਮਾਣਕਪੁਰ ਹੈ ਜੀ? ਜ਼ਿਲ੍ਹਾ ਤਹਿਸੀਲ ਮੈਡਮ? ਤਹਿਸੀਲ ਪੱਟੀ, ਜ਼ਿਲ੍ਹਾ ਤਰਨ ਤਾਰਨ ਜੀ। ਪੁਲਿਸ ਸਟੇਸ਼ਨ ਕਿਹੜਾ ਲੱਗਦਾ ਜੀ ਨੇੜੇ ਤੁਹਾਨੂੰ? ਥਾਣਾ ਕੱਚਾ ਪੱਕਾ ਲੱਗਦਾ ਜੀ ਤੁਹਾਨੂੰ?
ਕਿੱਥੇ ਉਹਦੇ ਉਹਦੇ ਪਿੰਡ ਦੇ ਵਿੱਚ ਲੈਂਡਮਾਰਕ ਦੱਸੋਗੇ ਜੀ ਘਰ ਕਿੱਥੇ ਕਿਹਾ ਤੁਹਾਡਾ ਜੀ? ਛੇ ਨੰਬਰ ਕੀ ਵਾਰਡ ਹੈ ਜੀ, ਇਹ ਗਲੀ ਨੰਬਰ ਕੀ ਹੈ ਜੀ? ਇਹ ਛੇ ਨੰਬਰ ਵਾਰਡ ਜੀ। ਚਲੋ ਮੈਡਮ, ਤੁਹਾਡੇ ਲੋਕਲ ਉੱਥੇ ਪੁਲਿਸ ਸਟੇਸ਼ਨ ਕਰਾਉਂਦੇ ਹਾਂ ਜੀ ਕੰਪਲੇਂਟ ਨੋਟ, ਉੱਥੇ ਕੋਈ ਪੁਲਿਸ ਪਾਰਟੀ ਭੇਜਾਂਗੇ ਜੀ ਤੁਹਾਡੇ ਕੋਲ। ਮੈਡਮ 10-15 ਮਿੰਟ ਦੇ ਵਿੱਚ ਤੁਹਾਨੂੰ ਕਾਲ ਆ ਜਾਏਗੀ ਜੀ ਲੋਕਲ ਪੁਲਿਸ ਸਟੇਸ਼ਨ। ਸ਼ਿਕਾਇਤ ਆਈ ਸੀ ਕਿੱਥੋਂ ਆਈ ਸੀ? ਇਹਨਾਂ ਦੀ ਡੋਮੈਸਟਿਕ ਵਾਇਲੈਂਸ ਹੀ ਹੈ ਜੀ, ਮਤਲਬ ਘਰੇ ਕੁੱਟਮਾਰ ਹੋ ਰਹੀ ਹੈ ਤੇ ਇਹਨਾਂ ਨੂੰ ਘਰ ਤੋਂ ਬਾਹਰ ਕੱਢ ਰਹੇ ਨੇ ਜੀ। ਕਿੰਨੀ ਕੁ ਦੇਰ ਤੱਕ ਪੁਲਿਸ ਉੱਥੇ ਪਹੁੰਚ ਜਾਂਦੀ ਲੋਕਲ? ਪੁਲਿਸ ਪਾਰਟੀ 5-10 ਮਿੰਟਾਂ 'ਚ ਤਾਂ ਲੋਕਲ ਪੁਲਿਸ ਸਟੇਸ਼ਨ ਇਹਨਾਂ ਨਾਲ ਕੰਟੈਕਟ ਕਰ ਲੈਂਦੇ ਆ ਜੀ, ਬਾਕੀ ਉਹ ਜਿਹੜੀ ਵੀ ਨੀਅਰ ਪੁਆਇੰਟ ਤੇ PCR ਹੁੰਦੀ ਹੈ ਉੱਥੇ ਮੂਵ ਕਰਾ ਦਿੰਦੇ ਆ ਜੀ ਉਹਨਾਂ ਨੂੰ। ਠੀਕ ਹੈ, ਤਾਂ ਜ਼ਿਆਦਾ ਡੋਮੈਸਟਿਕ ਵਾਇਲੈਂਸ ਦੀਆਂ ਸ਼ਿਕਾਇਤਾਂ ਜਿਹੜੀਆਂ ਉਹ ਸਾਹਮਣੇ ਆ ਰਹੀਆਂ ਨੇ, ਔਰ ਹੁਣ ਬਾਕਾਇਦਾ ਤੌਰ ਤੇ ਨੈਵੀਗੇਸ਼ਨ ਦੇ ਜ਼ਰੀਏ ਜਿਹੜਾ ਵੈ ਨਜ਼ਰ ਰੱਖੀ ਹੋਈ ਹੈ ਪੰਜਾਬ ਦੇ ਹਰੇਕ ਪਿੰਡ ਹਰੇਕ ਸ਼ਹਿਰ ਦੇ ਵਿੱਚ ਕੀ ਕਿਸ ਤਰੀਕੇ ਦੇ ਨਾਲ ਕਿਤੋਂ ਕੋਈ ਸ਼ਿਕਾਇਤ ਆਉਂਦੀ ਹੈ ਤਾਂ ਤੁਰੰਤ ਪੁਲਿਸ ਪਾਰਟੀ ਉੱਥੇ ਪਹੁੰਚੇ, ਜਿਹੜੀ ਸਪੈਸ਼ਲ ਸੁਰੱਖਿਆ ਫੋਰਸ ਜਿਹੜੀ ਉਹ ਬਣਾਈ ਗਈ ਹੈ ਉਹ ਉੱਥੇ ਪਹੁੰਚੇ, ਇਸ ਤਰੀਕੇ ਦੇ ਨਾਲ ਕੰਟਰੋਲ ਰੂਮ ਜਿਹੜਾ ਉਹ ਕੰਮ ਕਰ ਰਿਹਾ। ਇਹ ਜਿਹੜਾ ਵੈ ਓਵਰ ਸਪੀਡ ਜਾਂ ਫਿਰ ਕੋਈ ਗਲਤ ਤਰੀਕੇ ਨਾਲ ਡਰਾਈਵਿੰਗ ਕਰ ਰਿਹਾ ਉਸਦੀ ਵੀ ਕੋਈ ਇਸ ਤਰੀਕੇ ਨਾਲ ਇੱਥੇ ਨਜ਼ਰ ਰੱਖ ਸਕਦੇ ਆ ਜਾਂ ਚਲਾਨ ਹੋ ਸਕਦੇ ਨੇ? ਬਿਲਕੁਲ ਜੀ, ਜਿੱਦਾਂ ਮਾਨਯੋਗ CM ਸਾਹਿਬ ਦੀਆਂ ਹਦਾਇਤਾਂ ਦੇ ਅਨੁਸਾਰ ਜਿਹੜੇ ਓਵਰ ਸਪੀਡ ਗੱਡੀਆਂ ਜ਼ਿਆਦਾ ਓਵਰ ਸਪੀਡ ਗੱਡੀਆਂ ਚੱਲਦੀਆਂ ਨੇ ਉਹਨਾਂ ਦੇ ਨੂੰ ਵੀ GPS ਸਿਸਟਮ ਦੇ ਰਾਹੀਂ ਟਰੈਕ ਕਰਕੇ ਉਹਨਾਂ ਦੇ ਵੀ ਚਲਾਨ ਵੱਧ ਤੋਂ ਵੱਧ ਕੀਤੇ ਜਾਣਗੇ। ਅਤੇ ਜਿਹੜੇ ਐਕਸੀਡੈਂਟ ਹੁੰਦੇ ਨੇ ਬਹੁਤ ਜ਼ਿਆਦਾ ਤੁਸੀਂ ਦੇਖਦੇ ਐਕਸੀਡੈਂਟ ਹੁੰਦੇ ਨੇ ਜਿਹਨਾਂ ਦਾ ਬੇਜਾਇਆ ਮੌਤਾਂ ਜਾਂਦੀਆਂ ਹੁੰਦੀਆਂ ਨੇ ਉਹਨਾਂ ਤੇ ਵੀ ਕੰਟਰੋਲ ਹੋ ਸਕੇਗਾ ਜੀ। ਦੂਸਰਾ ਇਹ ਕਿ ਸ਼ਰਾਬ ਪੀ ਕੇ ਗੱਡੀ ਬਹੁਤ ਥਾਵਾਂ ਦੇ ਉੱਤੇ ਚੱਲਦੀ ਜਿਸ ਦੇ ਨਾਲ ਹਾਦਸੇ ਹੋ ਜਾਂਦੇ ਐਕਸੀਡੈਂਟ ਹੋ ਜਾਂਦੇ, ਗੱਡੀ ਬੌਂਡ ਕੀਤੀ ਜਾਂਦੀ ਉਹਨਾਂ ਦੀ ਜਾਂ ਚਲਾਨ ਹੀ ਕੱਟ ਕੇ ਭੇਜ ਦਿੱਤਾ ਜਾਂਦਾ ਜਾਂ ਕਿਸ ਤਰੀਕੇ ਨਾਲ ਜੇ ਕੋਈ ਸ਼ਰਾਬ ਪੀ ਕੇ ਗੱਡੀ ਚਲਾਉਂਦਾ ਉਹ ਵੀ ਕਿਸ ਤਰੀਕੇ ਨਾਲ ਸ਼ਿਕਾਇਤ ਹੁੰਦੀ? ਬਿਲਕੁਲ ਜੀ, ਅਗਰ ਇੱਦਾਂ ਦੀ ਕੋਈ ਕੰਪਲੇਂਟ ਸਾਡੇ ਕੋਲ ਆਉਂਦੀ ਹੈ ਤੇ ਜਿਹੜੀਆਂ SSF ਦੀਆਂ ਗੱਡੀਆਂ ਉਹ ਜਾ ਰਹੀਆਂ ਨੇ ਤੇ ਕੋਈ ਸ਼ਰਾਬ ਪੀ ਕੇ ਡਰਿੰਕ ਕਰਕੇ ਗੱਡੀ ਡਰਾਈਵ ਕਰੇਗਾ ਉਹ ਗੱਡੀ ਨੂੰ ਬਾਉਂਡ ਕੀਤਾ ਜਾਏਗਾ, ਗੱਡੀ ਨੂੰ ਬਾਉਂਡ ਕੀਤਾ ਜਾਏਗਾ ਜੀ। ਤਾਂ ਇਹ ਕੰਟਰੋਲ ਰੂਮ ਦੇ ਜ਼ਰੀਏ ਪੰਜਾਬ ਦੇ ਹਰ ਕੋਨੇ ਦੇ ਉੱਤੇ ਨਜ਼ਰ ਜਿਹੜੀ ਹੈ ਉਹ ਰੱਖੀ ਜਾ ਰਹੀ ਹੈ, ਔਰ ਪੁਲਿਸ ਵੱਲੋਂ ਇਹ ਦਾਅਵਾ ਕੀਤਾ ਜਾ ਰਿਹਾ ਕਿ 10-15 ਮਿੰਟ ਦੇ ਅੰਦਰ ਅੰਦਰ ਸਪੈਸ਼ਲ ਜਿਹੜੀ ਨਵੀਆਂ ਗੱਡੀਆਂ ਚੱਲੀਆਂ ਨੇ ਸੁਰੱਖਿਆ ਫੋਰਸ ਉਸਦਾ ਨਾਮ ਰੱਖਿਆ ਗਿਆ ਉਹ ਤੁਹਾਡੇ ਤੱਕ ਪਹੁੰਚ ਜਾਣਗੀਆਂ ਤਾਂ ਕਿ ਮੌਤਾਂ ਤੋਂ ਵੀ ਬਚਾਇਆ ਜਾ ਸਕੇ, ਕ੍ਰਾਈਮ ਤੋਂ ਵੀ ਜਿਹੜੀ ਠੱਲ ਪਾਈ ਜਾ ਸਕੇ, ਔਰ ਇਸ ਦੇ ਨਾਲ ਨਾਲ ਸਭ ਤੋਂ ਜ਼ਿਆਦਾ ਸ਼ਿਕਾਇਤਾਂ ਜਿਹੜੀਆਂ ਇੱਥੇ ਡੋਮੈਸਟਿਕ ਵਾਇਲੈਂਸ ਦੀਆਂ ਸਾਹਮਣੇ ਆ ਰਹੀਆਂ। ਕੈਮਰਾਮੈਨ ਅਜੇ ਦੇ ਨਾਲ ਪੰਕਜ ਕਪੈ, ਨਿਊਜ਼ 18 ਚੰਡੀਗੜ੍ਹ।